ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਸਪਰੇਟਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ, ਇੱਕ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਜੰਮੂ ਕਸ਼ਮੀਰ ਵਿੱਚ ਮਨਾਇਆ ਗਿਆ ਰੱਖੜੀ ਦਾ ਤਿਉਹਾਰ। LOC ਉੱਤੇ ਤੈਨਾਤ ਫੌਜੀ ਜਵਾਨਾਂ ਨੂੰ ਭੈਣਾਂ ਨੇ ਬੰਨ੍ਹੀ ਰੱਖੜੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਬਕਾਲਾ ਵਿੱਚ ਰੱਖੜ ਪੁੰਨਿਆ ਦੇ ਮੌਕੇ ਤੇ ਸੂਬਾ ਪੱਧਰੀ ਸਮਾਗਮ ਵਿੱਚ ਕੀਤੀ ਸ਼ਿਰਕਤ। ਗੁਰਦੁਆਰਾ ਨਵੀਂ ਪਾਤਸ਼ਾਹੀ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਮਾਨ। ਫਿਰੋਜ਼ਪੁਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ। ਨਸ਼ਾ ਤਸਕਰੀ ਵਿੱਚ ਸ਼ਾਮਲ ਦੋ ਵਿਅਕਤੀਆਂ ਕੋਲੋਂ 1 ਕਿਲੋ 5 ਗ੍ਰਾਮ ਹੈਰਨ, 12,90,000 ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ। SSP ਨੇ ਪ੍ਰੈਸ ਕਾਨਫਰੰਸ ਕਰਕੇ ਸਾਂਝੀ ਕੀਤੀ ਜਾਣਕਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਸੋਨੀ ਪਿੰਡ ਵਿੱਚ ਔਰਤਾਂ ਨੇ ਰੱਖੜੀ ਦੇ ਤਿਉਹਾਰ ਉੱਤੇ ਭਾਰਤੀ ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹੀ। ਮਹਿਲਾਵਾਂ ਨੇ ਫੌਜੀਆਂ ਨੂੰ ਆਪਣੇ ਭਰਾ ਕਿਹਾ ਅਤੇ ਸਰਹੱਦਾਂ ਦੀ ਰਾਖੀ ਲਈ ਉਹਨਾਂ ਦਾ ਧੰਨਵਾਦ ਕੀਤਾ। ਬਦਲੇ ਵਿੱਚ ਜਵਾਨਾਂ ਨੇ ਭੈਣਾਂ ਦੀ ਸੁਰੱਖਿਆ ਕਰਨ ਦਾ ਵਾਅਦਾ ਕੀਤਾ। ਇੱਕ ਸਥਾਨਕ ਔਰਤ ਸੀਟ ਤਬਾਨੋ ਨੇ ਕਿਹਾ ਕਿ ਉਹਨਾਂ ਭੈਣਾਂ ਨੇ ਸਰਹੱਦਾਂ ਉੱਤੇ ਸਾਡੀ ਰੱਖਿਆ ਲਈ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹੀ ਹੈ। ਰੱਖੜੀ ਦਾ ਤਿਉਹਾਰ ਰਵਾਇਤੀ ਹਿੰਦੂ ਤਿਉਹਾਰ ਹੈ ਜੋ ਭਰਾਵਾਂ ਅਤੇ ਭੈਣਾਂ ਵਿਚਕਾਰ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀਆਂ ਨੇ। ਬਦਲੇ ਵਿੱਚ ਭਰਾ ਆਪਣੀਆਂ ਭੈਣਾਂ ਲਈ ਪਿਆਰ ਅਤੇ ਦੇਖਭਾਲ ਦੇ ਪ੍ਰਤੀਕ ਵਜੋਂ ਤੋਹਫੇ ਪੇਸ਼ ਕਰਦੇ ਨੇ। ਇੱਕ ਹੋਰ ਸਥਾਨਕ ਪਿੰਡ ਵਾਸੀ ਨਜ਼ੀਰ ਅਹਿਮਦ ਨੇ ਰੱਖੜੀ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਸ ਨੂੰ ਸ਼ਾਂਤੀ ਅਤੇ ਸਦਭਾਵਨਾ ਦਾ ਤਿਉਹਾਰ ਦੱਸਿਆ। ਉਹਨਾਂ ਕਿਹਾ ਕਿ ਇਹ ਤਿਉਹਾਰ ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਕਿਹਾ ਕਿ ਅਸੀਂ ਸਰਹੱਦ 'ਤੇ ਰਹਿੰਦੇ ਹਾਂ ਅਤੇ ਅਸੀਂ ਆਪਣੇ ਭਾਰਤੀ ਫੌਜ ਦੇ ਜਵਾਨਾਂ ਦੇ ਨਾਲ ਖੜ੍ਹੇ ਹਾਂ ਜੋ ਸਾਡੀ ਰੱਖਿਆ ਕਰਦੇ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਰੱਖੜ ਪੁੰਨਿਆ ਦੇ ਮੌਕੇ 'ਤੇ ਬਾਬਾ ਬਕਾਲਾ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਿਰਕਤ ਕੀਤੀ। ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਪ੍ਰੋਗਰਾਮ ਤੋਂ ਪਹਿਲਾਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਉਹਨਾਂ ਪੰਜਾਬ ਅਤੇ ਸਮੂਹ ਪੰਜਾਬੀਆਂ ਦੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਉਪਰੰਤ ਮੁੱਖ ਮੰਤਰੀ ਭਗਵੰਤ ਮਾਨ ਬਾਬਾ ਬਕਾਲਾ ਵਿਖੇ ਸੂਬਾ ਪੱਧਰੀ ਸਮਾਗਮ ਵਿੱਚ ਪਹੁੰਚੇ ਅਤੇ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਪੰਜਾਬੀਓ, ਇਹ ਧਰਤੀ ਬਾਬਾ ਬਕਾਲਾ ਸਾਹਿਬ ਦੀ ਇਤਿਹਾਸਿਕ ਹੈ। ਅੱਜ ਪੂਰੀ ਦੁਨੀਆ ਦੇ ਵਿੱਚ ਰੱਖੜ ਪੁੰਨਿਆ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਦੋਂ ਇਸ ਪਵਿੱਤਰ ਧਰਤੀ 'ਤੇ ਸੱਚਾ ਗੁਰੂ ਲਾਦੋ ਰੇ ਕੋਠੇ 'ਤੇ ਚੜ੍ਹ ਕੇ ਜਦੋਂ ਮੱਖਣ ਸ਼ਾਹ ਲਵਾਣਾ ਜੀ ਵੱਲੋਂ ਹੋਕਾ ਦਿੱਤਾ ਗਿਆ, ਤਾਂ ਅੱਜ ਦਾ ਦਿਨ ਇਸ ਕਰਕੇ ਇਤਿਹਾਸਿਕ ਮੰਨਿਆ ਜਾਂਦਾ ਹੈ ਕਿ ਸੱਚਾ ਗੁਰੂ ਲਾਦੋ ਰੇ ਕਿ ਸੱਚਾ ਗੁਰੂ ਲੱਭ ਗਿਆ, ਨਹੀਂ ਤਾਂ ਗੁਰਗੱਦੀਆਂ ਪਾਉਣ ਵਾਸਤੇ ਬਹੁਤ ਸਾਰੇ ਪਖੰਡੀ ਆਪਣੀਆਂ ਆਪਣੀਆਂ ਮੰਜੀਆਂ ਡਾਹੀ ਬੈਠੇ ਸੀ, ਪਰ ਵਿੱਚ ਇੱਕੋ ਹੀ ਸੀ ਜਿਹਨੇ ਮੱਖਣ ਸਾਹਿਬ ਲਵਾਣਾ ਨੂੰ ਕਿਹਾ ਸੁੱਖਿਆ ਕੁਛ ਹੋਰ ਸੀ, ਦੇ ਕੁਛ ਹੋਰ ਰਹੇ। ਐਸੇ ਗੱਲ ਤੋਂ ਮੱਖਣ ਸਾਹਿਬ ਲਵਾਣਾ ਨੂੰ ਪਤਾ ਲੱਗ ਗਿਆ ਕਿ ਗੁਰੂ ਸੱਚਾ ਇਹੀ ਹੈ, ਮੇਰਾ ਬੇੜਾ ਜਿਹੜਾ ਡੁੱਬਦਾ ਸੀ ਪਾਰ ਇਸੇ ਨੇ ਲਾਇਆ। ਅੱਜ ਉਹ ਦਿਨ ਮਨਾਉਣ ਆਏ ਹਾਂ ਆਪਾਂ। ਤੁਹਾਨੂੰ ਇਸ ਗੱਲ ਦੀ ਮੈਂ ਵਧਾਈ ਦਿੰਦਾ, ਮੈਂ ਮੱਥਾ ਟੇਕ ਕੇ ਆਇਆ, ਬਹੁਤ ਭਾਰੀ ਗਿਣਤੀ ਸੰਗਤਾਂ ਆਈਆਂ ਹੋਈਆਂ ਨੇ। ਜਿਹੜੇ ਲੋਕ ਆਪਣੇ ਗੁਰੂਆਂ ਦਾ ਆਪਣੇ ਸ਼ਹੀਦਾਂ ਦਾ ਵਿਰਸਾ ਨਹੀਂ ਭੁੱਲਦੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ। ਜਿਹੜੇ
ਆਪਣੀਆਂ ਸ਼ਹੀਦੀਆਂ, ਆਪਣੇ ਪੁਰਖਿਆਂ ਦੀਆਂ ਸ਼ਹੀਦੀਆਂ, ਉਹਨਾਂ ਦੀਆਂ ਕੁਰਬਾਨੀਆਂ ਦਾਤਾਂ ਭੁੱਲ ਜਾਂਦੇ ਨੇ, ਉਹ ਕੌਮਾਂ ਵੀ ਫਿਰ ਹਨੇਰੇ 'ਚ ਰੁਲ ਜਾਂਦੀਆਂ ਨੇ। ਕੱਲ੍ਹ ਹਾਕੀ ਦੇ ਖਿਡਾਰੀਆਂ ਨੂੰ ਮਿਲਿਆ ਮੈਂ, ਕਰੋੜ ਕਰੋੜ ਰੁਪਈਆ ਦਿੱਤਾ, 8-9 ਖਿਡਾਰੀ ਆਪਣੇ ਪੰਜਾਬ ਦੇ ਨੇ, ਕਰੋੜ ਕਰੋੜ ਰੁਪਈਆ ਦੇ ਕੇ ਉਹਨਾਂ ਨੂੰ ਸਨਮਾਨਿਤ ਕੀਤਾ। ਮੈਂ ਬੱਚਿਆਂ ਨੂੰ ਕਹਿੰਦਾ ਆਓ ਖੇਡਾਂ ਵੱਲ ਆਓ, ਚਲੋ ਗਰਾਊਂਡ ਨੂੰ ਚੱਲੀਏ, ਗਰਾਊਂਡ 'ਚ ਆਉਂਗੇ ਸਿਹਤ ਬਣੂਗੀ, ਆ ਨਸ਼ਿਆਂ ਨੂੰ ਸਿਆਣੀਆਂ ਬੁਰੀਆਂ ਸੰਗਤਾਂ ਤੋਂ ਬਚਾਂਗੇ, ਮੈਡਲ ਮਿਲਣਗੇ, ਸਰਕਾਰਾਂ ਤੁਹਾਡੀ ਹੈਲਪ ਕਰਨਗੀਆਂ, ਇਹ ਚੀਜ਼ਾਂ ਆਪਾਂ ਡਿਵੈਲਪ ਕਰਨੀਆਂ। ਆਮ ਆਦਮੀ ਕਲੀਨਿਕ ਖੋਲ੍ਹੇ ਨੇ, 800 ਨੇ, 30-30 ਹੋਰ ਤਿਆਰ ਨੇ, ਆਉਣ ਵਾਲੇ ਦਿਨਾਂ 'ਚ ਕਰਾਂਗੇ। 2 ਕਰੋੜ ਬੰਦਾ ਹੁਣ ਤੱਕ, 2 ਕਰੋੜ ਬੰਦਾ 829 ਆਮ ਆਦਮੀ ਕਲੀਨਿਕਾਂ 'ਚੋਂ ਦਵਾਈ ਲੈ ਕੇ ਠੀਕ ਹੋ ਕੇ ਘਰੇ ਜਾ ਚੁੱਕਿਆ, 2 ਕਰੋੜ ਬੰਦਾ। ਚਲੋ 2 ਕਰੋੜ 'ਚੋਂ ਐਂ ਲਾ ਲੈਂਦੇ ਹਾਂ ਵੀ 60-70 ਲੱਖ ਦੁਬਾਰਾ ਵੀ ਆ ਗਿਆ, ਹੁਣ ਇੱਕ ਗੇੜੇ ਤੋਂ ਵੱਧ ਗੇੜੇ ਹੋਣਗੇ, ਤਾਂ ਚਲੋ 1.5 ਕਰੋੜ ਤਾਂ ਬੰਦਾ ਆ ਗਿਆ ਨਾ। ਇਹਦਾ ਮਤਲਬ 3 ਕਰੋੜ, 3.25 ਕਰੋੜ ਦੀ ਆਬਾਦੀ 'ਚੋਂ 1.5 ਕਰੋੜ, ਇਹਦਾ ਮਤਲਬ ਹਰ ਦੂਜਾ ਬੰਦਾ ਮੁਹੱਲਾ ਕਲੀਨਿਕ 'ਚ ਜਾਇਆ ਆ, ਅਤੇ ਛੋਟੀ ਮੋਟੀ ਬਿਮਾਰੀ ਸੀ ਉਹ ਠੀਕ ਹੋ ਗਈ, ਵੱਡੇ ਹਸਪਤਾਲ ਜਾਣ ਦੀ ਲੋੜ ਨਹੀਂ ਪਈ। ਅਤੇ ਸਾਨੂੰ ਨਾਲ ਦੀ ਨਾਲੇ ਪਤਾ ਲੱਗੀ ਜਾਂਦਾ ਕਿ ਕਿਹੜੀ ਬਿਮਾਰੀ ਕਿਹੜੇ ਇਲਾਕੇ 'ਚ ਜ਼ਿਆਦਾ, ਮਰੀਜ਼ ਕਿੱਥੋਂ ਆਉਂਦੇ ਨੇ, ਫਿਰ ਅਸੀਂ ਉੱਥੇ ਸਪੈਸ਼ਲਿਸਟ ਡਾਕਟਰ ਭੇਜਾਂਗੇ, ਹਸਪਤਾਲ ਬਣਾਵਾਂਗੇ। ਸਕੂਲ ਆਫ ਐਂਬੂਲੈਂਸ ਸਕੂਲ ਬਣਾਤੇ, ਸ਼ਾਨਦਾਰ ਸਕੂਲ ਬਣਨਗੇ। ਦੋਸਤੋ, ਅੱਜ ਇਸ ਪਵਿੱਤਰ ਧਰਤੀ ਤੋਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸੱਚ ਆ ਗੁਰੂ ਲਾਦੋਰੇ ਦੀ ਧਰਤੀ ਹੈ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਮੈਂ ਸੋਚਦਾ, ਮੈਂ ਲੋਕਾਂ ਦੀ ਮਜਬੂਰੀ ਨੂੰ ਉਹਨਾਂ ਦੀ ਮਰਜ਼ੀ 'ਚ ਬਦਲਣੀ ਚਾਹੁੰਦਾ। ਤੁਸੀਂ ਪੁੱਛੋਗੇ ਵੀ ਕਿਵੇਂ, ਅੱਜ ਆਮ ਲੋਕਾਂ ਨੂੰ, ਗਰੀਬ ਲੋਕਾਂ ਨੂੰ ਇਲਾਜ ਮਜਬੂਰੀ ਬਸ ਮਜਬੂਰੀ ਕਰਕੇ ਆਪਦੇ ਕਿਸੇ ਬਿਮਾਰ ਦਾ ਜਾਂ ਕਿਸੇ ਜ਼ਖਮੀ ਦਾ ਇਲਾਜ ਪ੍ਰਾਈਵੇਟ 'ਚ ਕਰਾਉਣਾ ਪੈਂਦਾ, ਕਿਉਂਕਿ ਸਰਕਾਰੀ 'ਤੇ ਯਕੀਨ ਟੁੱਟਿਆ ਹੋਇਆ, ਨਾ ਉੱਥੇ ਦਵਾਈਆਂ, ਨਾ ਉੱਥੇ ਡਾਕਟਰ, ਨਾ ਉੱਥੇ ਟੈਸਟ ਹੁੰਦੇ ਨੇ। ਉਹ ਕਹਿੰਦੇ ਵੀ ਕੋਈ ਗੱਲ ਨਹੀਂ, ਜਿਹੜੇ 4 ਬਿੱਗੇ ਨੇ ਜੇ ਵਿਕ ਵੀ ਗਏ, ਆਪਾਂ ਜਾਨ ਬਚਾਉਣੀ ਆਪਣੇ ਰਿਸ਼ਤੇਦਾਰ ਦੀ, ਮਜਬੂਰੀ 'ਚ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈ ਰਿਹਾ। ਅੱਜ ਮਾਪਿਆਂ ਨੂੰ ਮਜਬੂਰੀ ਬਸ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਾਉਣੇ ਪੈ ਰਹੇ ਨੇ, ਕਿਉਂਕਿ ਸਰਕਾਰੀਆਂ ਤੋਂ ਯਕੀਨ ਉੱਠ ਗਿਆ ਸੀ, ਨਾ ਉੱਥੇ ਟੀਚਰ ਨੇ, ਨਾ ਫਰਨੀਚਰ ਹੈ, ਨਾ ਕੋਈ ਬਾਥਰੂਮ ਹੈ, ਨਾ ਕਿਤਾਬਾਂ ਨੇ, ਕੁਛ ਨਹੀਂ। ਉਹ ਕਹਿੰਦੇ ਚਲੋ ਆਪਾਂ ਤਾਂ ਕੱਟ ਲਈ, ਜਵਾਕਾਂ ਨੂੰ ਪੜ੍ਹਾ ਲਈਏ, ਚੱਲ ਕੋਈ ਨਹੀਂ, ਢਿੱਡ ਬੰਨ ਕੇ ਗੁਜ਼ਾਰਾ ਕਰ ਲਾਂਗੇ, ਪਰ ਪ੍ਰਾਈਵੇਟ 'ਚ ਪੜ੍ਹਾਉਣਾ ਪੈ ਰਿਹਾ। ਆਉਣ ਵਾਲੇ ਦਿਨਾਂ 'ਚ ਮੇਰੀ ਗੱਲ ਨੋਟ ਕਰ ਲਿਓ, ਅੱਜ ਰੱਖੜੀ ਦਾ ਪਵਿੱਤਰ ਤਿਉਹਾਰ ਹੈ, ਆਉਣ ਵਾਲੇ ਦਿਨਾਂ 'ਚ ਨੋਟ ਕਰ ਲਿਓ ਕਿ ਭਗਵੰਤ ਮਾਨ ਬਾਬੇ ਬਕਾਲੇ ਗੱਲ ਕਹਿ ਕੇ ਗਿਆ ਸੀ, ਆਉਣ ਵਾਲੇ ਕੁਛ ਮਹੀਨਿਆਂ 'ਚ, ਆਉਣ ਵਾਲੇ ਚੰਦ ਦਿਨਾਂ 'ਚ ਹੀ ਪੰਜਾਬੀਆਂ ਨੂੰ ਮਜਬੂਰੀ ਨਹੀਂ, ਉਹਨਾਂ ਦੀ ਮਰਜ਼ੀ ਚੱਲੂਗੀ। ਤੁਹਾਡੀ ਮਰਜ਼ੀ ਹੈ ਇਲਾਜ ਕਰਾਉਣਾ ਪ੍ਰਾਈਵੇਟ 'ਚ ਕਰਾ ਲਓ, ਜੇ ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ, ਦਵਾਈ ਉੱਥੇ ਵੀ ਉਹ ਜੀ, ਮਸ਼ੀਨ ਸਰਕਾਰੀ 'ਚ ਵੀ ਉਹ ਜੀ, ਡਾਕਟਰ ਸਰਕਾਰੀ 'ਚ ਵੀ ਉਹ ਜੇ, ਪ੍ਰਾਈਵੇਟ 'ਚ ਵੀ ਉਹ, ਪ੍ਰਾਈਵੇਟ 'ਚ ਤੁਹਾਡਾ ਪੈਸੇ ਲੱਗਣਗੇ, ਸਰਕਾਰੀ 'ਚ ਤੁਹਾਡੇ ਪੈਸੇ ਨਹੀਂ ਲੱਗਣਗੇ, ਤੁਹਾਡੀ ਮਜਬੂਰੀ ਨਹੀਂ, ਤੁਹਾਡੀ ਮਰਜ਼ੀ ਹੋਊਗੀ। ਇਸੇ ਤਰ੍ਹਾਂ ਹੀ ਸਕੂਲਾਂ 'ਚ ਬੱਚਾ ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਿਓ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਿਓ, ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ, ਟੀਚਰ ਉੱਧਰ ਵੀ ਆ ਜੇ, ਟੀਚਰ ਇੱਧਰ ਵੀ ਆ ਜੇ, ਫਰਨੀਚਰ ਉੱਧਰ ਵੀ ਆ ਜਾ, ਫਰਨੀਚਰ ਇੱਧਰ ਵੀ ਆ ਜਾ, ਰਿਜ਼ਲਟ ਵੀ ਇਹੋ ਜਿਹੇ ਆਉਣਗੇ। ਮਰਜ਼ੀ ਹੈ ਤੁਹਾਡੀ,
ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਓ, ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਓ, ਪ੍ਰਾਈਵੇਟ 'ਚ ਫੀਸ ਲੱਗੂਗੀ, ਸਰਕਾਰੀ 'ਚ ਫੀਸ ਵੀ ਨਹੀਂ ਲੱਗਣੀ। ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿੱਚ ਅੱਜ ਭੈਣਾਂ ਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਕਹੇ ਜਾਣ ਵਾਲੇ ਰੱਖੜੀ ਦੇ ਤਿਉਹਾਰ ਮੌਕੇ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਗਈ ਸੀ। ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਲਈ ਭੈਣਾਂ ਕਾਫੀ ਵੱਡੀ ਗਿਣਤੀ ਵਿੱਚ ਪਹੁੰਚੀਆਂ। ਕਈ ਭੈਣਾਂ ਦੀਆਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਣ ਸਮੇਂ ਅੱਖਾਂ ਨਮ ਨਜ਼ਰ ਆਈਆਂ ਅਤੇ ਉਹਨਾਂ ਨੇ ਆਪਣੇ ਭਰਾਵਾਂ ਦੇ ਗੁੱਟ 'ਤੇ ਰੱਖੜੀ ਬੰਨ੍ਹੀ ਅਤੇ ਉਹਨਾਂ ਦੇ ਜਲਦ ਜੇਲ੍ਹੋਂ ਬਾਹਰ ਆਉਣ ਦੀ ਅਰਦਾਸ ਕੀਤੀ। ਜੇਲ੍ਹ ਪ੍ਰਸ਼ਾਸਨ ਵੱਲੋਂ ਇਸ਼ਤਿਹਾਰ ਨੂੰ ਵੇਖਦੇ ਹੋਏ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਜੇਲ੍ਹ ਵਿੱਚ ਬੰਦ ਭਰਾਵਾਂ ਨੂੰ ਭੈਣਾਂ ਦੇ ਸਾਹਮਣੇ ਕੁਰਸੀ 'ਤੇ ਬਿਠਾ ਕੇ ਰੱਖੜੀ ਬਨਵਾਈ ਗਈ। ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਜੇਲ੍ਹ ਪ੍ਰਸ਼ਾਸਨ ਵੱਲੋਂ ਮੂੰਹ ਮਿੱਠਾ ਕਰਵਾਉਣ ਲਈ ਮਿਸ਼ਰੀ ਰੱਖੀ ਗਈ ਸੀ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਵਿੱਚ ਨਿੱਜੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 12 ਘੰਟਿਆਂ ਵਿੱਚ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਵਾਰਦਾਤ ਵਿੱਚ ਵਰਤਿਆ 45 ਬੋਰ ਦਾ ਪਿਸਟਲ ਬਰਾਮਦ ਕੀਤਾ। ਮੁਲਜ਼ਮ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। SSP ਭਗੀਰਥ ਸਿੰਘ ਮੀਣਾ ਨੇ ਕਿਹਾ ਕਿ ਸੁਖਵਿੰਦਰ ਸਿੰਘ ਕੇਂਦਾ ਦੇ ਕਤਲ ਦੇ ਮਾਮਲੇ ਵਿੱਚ 6 ਮੁਲਜ਼ਮਾਂ ਦੇ ਖਿਲਾਫ਼ FIR ਦਰਜ ਕੀਤੀ ਗਈ ਹੈ ਅਤੇ ਬਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਕੱਲ੍ਹ ਇੱਕ ਕੋਟਲੇ ਪਿੰਡ ਦੇ ਵਿੱਚ ਜੋ ਮਰਡਰ ਹੋਇਆ ਸੀ ਉਸਨੂੰ ਬਹੁਤ ਛੇਤੀ ਟਰੇਸ ਕਰਕੇ ਔਰ ਉਸਕੇ ਜੋ ਮੇਨ ਮੁਲਜ਼ਮ ਸੀ ਗੁਰਪ੍ਰੀਤ ਸਿੰਘ ਉਸਨੂੰ ਵਿਦਇਨ 12 ਆਵਰਸ ਫੜਨ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਹੈਗੀ। ਜਦੋਂ ਵਾਰਦਾਤ ਹੋਈ ਉਸਕੇ ਬਾਅਦ ਮੈਂ ਸਾਡੇ SP ਹੈਡਕੁਆਟਰ ਸਾਹਿਬ, DSP ਮਾਨਸਾ, 3-4 CIA ਔਰ SF ਸਦਰ ਕੀ ਟੀਮ ਨੇ ਵੱਖ ਟੀਮ ਬਣਾ ਕੇ ਔਰ ਹਰ ਐਂਗਲ 'ਤੇ ਅਸੀਂ ਕੰਮ ਕੀਤਾ ਹੈਗਾ। CCTV ਫੁਟੇਜ ਵਗੈਰਾ ਅਸੀਂ ਚੈੱਕ ਕੀਤੀ ਹੈਗੀ, ਜੋ ਹਿਊਮਨ ਇੰਟ ਹੈ ਉਸਕੇ ਬਿਆਪੇ ਵੀ ਅਸੀਂ ਵਰਕਆਊਟ ਕੀਤਾ। ਤੁਰੰਤ ਅਸੀਂ FIR ਨੰਬਰ 211 ਅੰਡਰ ਸੈਕਸ਼ਨ 103, 190, 193 ਔਰ 49 BNS ਔਰ 25-27-54 ਆਮ ਸੈਕਟ ਕੇ ਤਹਿਤ FIR ਦਰਜ ਕੀਤੀ ਹੈਗੀ। ਇਹਦੇ ਵੀ ਜੋ ਮਰਨ ਵਾਲਾ ਹੈਗਾ ਸੁਖਵਿੰਦਰ ਸਿੰਘ ਉਰਫ ਕਿੰਦਾ, ਇਸਕੇ ਖਿਲਾਫ਼ ਪਹਿਲੇ ਵੀ 3 FIR ਰਜਿਸਟਰ ਹੈਗੀ। ਬੇਸਿਕਲੀ ਜੋ ਵਜ੍ਹਾ ਰੰਜਿਸ਼ ਇਹ ਹੈਗਾ ਕਿ ਜੋ ਮਰਨ ਵਾਲਾ ਹੈਗਾ ਉਸਨੇ ਜੋ ਹੁਣ ਜੋ ਅਸੀਂ ਜੋ ਅਕਿਊਜ ਫੜਿਆ ਹੈਗਾ ਗੁਰਪ੍ਰੀਤ ਸਿੰਘ, ਉਸਕਾ ਜੋ ਅੰਕਲ ਹੈਗਾ ਕਰਨੈਲ ਸਿੰਘ, ਉਸਕੀ ਲੱਤਾਂ 2022 ਦੇ ਵਿੱਚ ਤੋੜੀ ਸੀ। ਉਸਕੇ ਖਿਲਾਫ਼ ਵੀ ਇੱਕ 307 ਕਾ ਮੁਕਦਮਾ ਆਲਰੇਡੀ ਦਰਜ ਸੀ, ਉਹ ਬੇਲ 'ਤੇ ਆਇਆ ਹੋਇਆ ਸੀ। ਤਾਂ ਬੇਸਿਕਲੀ ਇਸ ਵਜ੍ਹਾ ਰੰਜਿਸ਼ ਕੇ ਕਰਕੇ ਔਰ ਇਹ ਮਰਡਰ ਇੰਸੀਡੈਂਟ ਹੋਇਆ ਹੈਗਾ। ਤਾਂ ਇਹ ਮਾਨਸਾ ਪੁਲਿਸ ਕੀ ਬਹੁਤ ਵੱਡੀ ਕਾਮਯਾਬੀ ਹੈਗੀ ਕਿ ਵਿਦਇਨ 12 ਆਵਰਸ ਔਰ ਇਸਕਾ ਜੋ ਮੈਨ ਦੋਸਤ ਨੇ ਫੜਨ ਦੇ ਵਿੱਚ ਅਸੀਂ ਸਫਲਤਾ ਹਾਸਿਲ ਕੀਤੀ ਹੈਗੀ। ਔਰ ਜੋ ਵਾਰਦਾਤ ਦੇ ਵਿੱਚ ਵਰਤਿਆ ਹੋਇਆ 45 ਬੋਰ ਪਿਸਟਲ ਹੈਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ। ਔਰ ਵਾਰਦਾਤ ਦੇ ਵਿੱਚ ਜੋ ਯੂਜ ਕੀਤੀ ਹੋਈ ਮੋਟਰਸਾਈਕਲ ਡਿਸਕਵਰ ਹੈਗੀ PB10 CA 3203 ਉਹ ਵੀ ਅਸੀਂ ਰਿਕਵਰ ਕਰ ਲਈ। ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਵਿੱਚ ਸ਼ਾਮਲ 2 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 1 ਕਿਲੋ 5 ਗ੍ਰਾਮ ਹੈਰੋਇਨ, 12,90,000 ਰੁਪਏ ਦੀ ਡਰੱਗ ਮਨੀ, 1 ਦੇਸੀ ਕੱਟਾ, 315 ਬੋਰ ਸਮੇਤ 7 ਜਿੰਦਾ ਰਾਉਂਦ ਅਤੇ ਇੱਕ ਇਨੋਵਾ ਕਾਰ ਬਰਾਮਦ ਕੀਤੀ ਹੈ। SSP ਸੌਮਿਆ ਮਿਸ਼ਰਾ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦਿਆਂ ਵਿਸ਼ਾਲ ਅਤੇ ਸੋਨੂ ਨੂੰ ਹੈਰੋਇਨ ਅਤੇ ਡਰੱਗ ਮਨੀ ਦੇ ਸਮੇਤ ਕਾਬੂ ਕੀਤਾ ਗਿਆ ਅਤੇ ਉਹਨਾਂ ਦੇ ਖਿਲਾਫ਼ ਬਣ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮਾਨਯੋਗ DGP ਸਰ ਪੰਜਾਬ ਵੱਲੋਂ ਜਿਹੜੀ ਡਰੱਗਸ ਦੇ ਖਿਲਾਫ਼ ਮੁਹਿੰਮ ਸਟਾਰਟ ਕੀਤੀ ਗਈ ਹੈ ਉਸੇ ਅੱਗੇ ਬਰਕਰਾਰ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਨੇ ਇੱਕ ਔਰ ਚੰਗਾ ਕੰਮ ਕੀਤਾ ਹੈ। ਕੱਲ੍ਹ ਸਾਨੂੰ ਖਬਰ ਮਿਲੀ ਸੀ ਕਿ 2 ਬੰਦੇ ਜਿਹੜੇ ਨਾਮੀ ਗ੍ਰਾਮੀ ਪੁਰਾਣੇ ਦੇ ਨਸ਼ਾ ਤਸਕਰ ਦੇ ਤਸਕਰੀ ਦੇ ਵਿੱਚ ਇਨਵੋਲਵ ਸੀਗੇ ਉਹ ਸਾਡੇ ਕੁਲਗੜੀ ਏਰੀਆ ਦੇ ਵਿੱਚ ਪਾਸ ਕਰ ਰਹੇ ਸੀਗੇ ਅਤੇ ਸਾਨੂੰ ਇਹ ਵੀ ਖਬਰ ਮਿਲੀ ਸੀਗੀ ਕਿ ਇਹਨਾਂ ਦੇ ਕੋਲ ਕੁਛ ਡਰੱਗ ਮਨੀ ਅਤੇ ਡਰੱਗਸ ਵੀ ਅਵੇਲੇਬਲ ਹੈ। ਇਮੀਡੀਏਟਲੀ ਕੁਲਗੜੀ ਪੁਲਿਸ ਅਤੇ CIA ਪੁਲਿਸ ਨੇ ਪੂਰੀ ਰਿਐਕਟ CIA ਫਿਰੋਜ਼ਪੁਰ ਕੀ ਪੁਲਿਸ ਨੇ ਪੂਰਾ ਰਿਐਕਟ ਕਰਦੇ ਹੋਏ ਇਹਨੂੰ ਫੜਿਆ। ਇਨ ਦੋਨੋਂ ਨੂੰ ਗ੍ਰਿਫਤਾਰ ਨਾਮ ਹੈ ਵਿਸ਼ਾਲ ਉਰਫ ਸ਼ੈਲੀ, ਇਸਕੀ ਉਮਰ 21 ਸਾਲ ਹੈ, ਇਹ ਫਿਰੋਜ਼ਪੁਰ ਦਾ ਰਹਿਣੇ ਵਾਲਾ ਹੈ।
ਸੋਨੂ ਉਮਰ 24 ਸਾਲ, ਇਹ ਵੀ ਫਿਰੋਜ਼ਪੁਰ ਜ਼ਿਲ੍ਹੇ ਦਾ ਹੀ ਰਹਿਣ ਵਾਲਾ ਹੈ। ਇਨ ਦੋਨੋਂ ਨੂੰ ਗ੍ਰਿਫਤਾਰ ਕਰਕੇ ਇਨਸੇ ਬਰਾਮਦਗੀ ਵੀ ਕੀਤੀ ਗਈ। ਟੋਟਲ 1 ਕਿਲੋ 5 ਗ੍ਰਾਮ ਹੀਰੋਇਨ, ਰੁਪੀਜ਼ 12,90,000 ਰੁਪਏ, 1 ਦੇਸੀ ਕੱਟਾ, 7 ਜ਼ਿੰਦਾ ਰਾਊਂਡ ਤੇ 1 ਕਾਰ ਇਨੋਵਾ ਵੀ ਬਰਾਮਦ ਕੀਤੀ ਗਈ ਹੈ ਜੀ। ਹਾਂਜੀ, ਇਨਫੈਕਟ ਜਿਹੜਾ ਇਹ ਵਿਸ਼ਾਲ ਹੈ, ਇਹ ਸਾਡੇ ਸਿਟੀ ਜ਼ੀਰਾ ਦੇ ਕੁਛ ਪਰਚੋਂ ਵੀ ਵਾਂਟਡ ਵੀ ਸੀਗਾ। ਜਿਹੜਾ ਵਿਸ਼ਾਲ ਹੈ ਉਹਦੇ ਉੱਪਰ ਪੁਰਾਣੇ 9 ਮੁਕੱਦਮੇ ਦਰਜ ਹੈ। 2021, 22, 23 ਤੇ 24 ਮੇ ਟੋਟਲ 9 ਮੁਕੱਦਮੇ ਦਰਜ ਹੈ। ਇਨਮੇ ਸੇ 3 NDPS ਐਕਟ ਕੇ ਵੀ ਹੈ। ਜੋ ਦੂਜਾ ਦੋਸ਼ੀ ਹੈ ਸੋਨੂ, ਉਸ ਪੇ ਵੀ ਪੁਰਾਣੇ 7 ਮੁਕੱਦਮੇ ਦਰਜ ਹੈ। ਇਹ ਦੋਨੋਂ ਬਸਤੀ ਮਾਛੀਆਂ, ਜਿਹੜਾ ਸਾਡਾ ਹੋਟਸਪੋਟ ਹੈਗਾ ਜ਼ੀਰਾ ਸਬ ਡਿਵੀਜ਼ਨ ਦਾ, ਉਹਦੇ ਵਿੱਚ ਹੀ ਰਹਿੰਦੇ ਸੀਗੇ ਤੇ ਇਹ ਪੂਰੇ ਫਿਰੋਜ਼ਪੁਰ ਏਰੀਆ ਦੇ ਵਿੱਚ ਆਪਰੇਟ ਕਰਦੇ ਸੀ। ਮਾਨਸਾ ਦੇ ਨਵਨਿਯੁਕਤ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ। ਅਹੁਦਾ ਸੰਭਾਲਦੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਨੂੰ ਦੇਣ ਲਈ ਕਾਰਜ ਕਰਨਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਮੈਂ ਅੱਜ SDC ਮਾਨਸਾ ਦੇ ਵਿੱਚ ਜੁਆਇਨ ਕਰ ਲਿਆ ਤੇ ਵੈਸੇ ਤਾਂ ਮੇਰਾ ਗੁਆਂਢੀ ਜ਼ਿਲ੍ਹਾ ਹੀ ਹੈ ਇਹ, ਮੈਂ ਸੰਗਰੂਰ ਤੋਂ ਹਾਂ, ਧੂਰੀ ਤੋਂ ਹਾਂ, ਤਾਂ ਮੇਰੇ ਲਈ ਮਾਨਸਾ ਕੋਈ ਨਵਾਂ ਨਹੀਂ ਹੈ, ਬਟ ਪੋਸਟਿੰਗ ਪਹਿਲੇ ਵਾਰੀ ਹੋਈ ਹੈ ਤੇ ਹਰੇਕ ਥਾਂ ਦੀਆਂ ਜਿਵੇਂ ਕੋਈ ਖੂਬੀਆਂ ਹੁੰਦੀਆਂ ਨੇ, ਜਿਵੇਂ ਕੋਈ ਸਮੱਸਿਆਵਾਂ ਹੁੰਦੀਆਂ ਨੇ, ਇੱਥੋਂ ਦੀਆਂ ਜਿਹੜੀਆਂ ਕੋਈ ਠੀਕ ਕਰਨ ਵਾਲੀਆਂ ਗੱਲਾਂ ਹੋਣਗੀਆਂ ਉਹਨਾਂ ਨੂੰ ਸਮਝਾਂਗੇ ਕੁਛ ਦਿਨਾਂ ਦੇ ਵਿੱਚ, ਫਿਰ ਉਹਨਾਂ ਨੂੰ ਠੀਕ ਕਰਨ ਦੇ ਅਮਲ 'ਚ ਲੱਗ ਜਾਂਗੇ। ਜ਼ਿਲ੍ਹਾ ਵਾਸੀਆਂ ਨੂੰ ਕੀ ਕਹੋਗੇ? ਹਾਂਜੀ, ਜ਼ਿਲ੍ਹਾ ਵਾਸੀਆਂ ਦੇ ਲਈ ਕੀ? ਜ਼ਿਲ੍ਹਾ ਵਾਸੀਆਂ ਲਈ ਤਾਂ ਇਹੀ ਹੈ ਕਿ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਸਕੀਮਾਂ ਪਹੁੰਚਾਈਆਂ ਜਾ ਰਹੀਆਂ ਨੇ ਲੋਕਾਂ ਤੱਕ, ਅਤੇ ਉਹ ਪਹਿਲਾਂ ਵੀ ਪਹੁੰਚ ਰਹੀਆਂ ਸੀਗੀ, ਅਤੇ ਜੇ ਕਿਤੇ ਉਹ ਕਿਸੇ ਗੱਲ ਦੇ ਵਿੱਚ ਕੋਈ ਸਮੱਸਿਆ ਹੋਏਗੀ ਤਾਂ ਅਸੀਂ ਉਹਨੂੰ ਹੋਰ ਸਟ੍ਰੀਮਲਾਈਨ ਕਰਾਂਗੇ, ਹੋਰ ਵਧੀਆ ਤਰੀਕੇ ਨਾਲ ਉਹ ਚੀਜ਼ਾਂ ਮੁਹੱਈਆ ਕਰਾਵਾਂਗੇ। ਹੁਸ਼ਿਆਰਪੁਰ ਚਿੰਤਪੁਰਨੀ ਰਾਜਮਾਰਗ ਉੱਤੇ ਸਥਿਤ ਪਿੰਡ ਚੋਹਾਲ ਲਾਗੇ ਸਥਿਤ ਜੀਨਾ ਵੈਲੀ ਨਜ਼ਦੀਕ ਸੰਘਣੇ ਜੰਗਲ ਵਿੱਚੋਂ ਮੁੰਡੇ ਅਤੇ ਕੁੜੀ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਅਤੇ SP ਸਰਬਜੀਤ ਸਿੰਘ ਬਾਈਆ, DSP ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਹੈ। ਮ੍ਰਿਤਕਾਂ ਦੀ ਪਹਿਚਾਣ ਸੰਦੀਪ ਤਿਵਾੜੀ ਪੁੱਤਰ ਹਰੀਸ਼ ਚੰਦਰ ਤਿਵਾੜੀ ਵਾਸੀ ਜਲੰਧਰ ਅਤੇ ਪੂਜਾ ਵਜੋਂ ਹੋਈ ਹੈ। ਦੋਵੇਂ ਮ੍ਰਿਤਕ ਜਲੰਧਰ ਦੇ ਹੀ ਰਹਿਣ ਵਾਲੇ ਨੇ। ਜਿਸ ਥਾਂ ਉੱਤੇ ਦੋਹਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਉਹ ਸੰਘਣਾ ਜੰਗਲ ਹੈ ਅਤੇ ਦੋਵੇਂ ਇੱਥੇ ਕਿਵੇਂ ਪਹੁੰਚੇ ਇਸ ਦੀ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। SP ਸਰਬਜੀਤ ਸਿੰਘ ਵਾਹੀਆ ਨੇ ਕਿਹਾ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਬੇਸਿਕਲੀ ਸਾਨੂੰ SHO ਸਦਰ ਦੇ ਕੋਲ ਇਨਫੋਰਮੇਸ਼ਨ ਆਈ ਸੀ 11 ਵਜੇ ਦੇ ਕਰੀਬ ਵੀ 2 ਡੈਡ ਬੋਡੀਜ਼ ਹੈਗੀਆਂ, ਲੜਕਾ ਲੜਕੀ ਦੀਆਂ, ਜਿਹੜੇ ਚਵਾਲ ਖੱਡ ਦੇ ਵਿੱਚ ਹੈਗੀਆਂ, ਉਹਨਾਂ ਨੇ ਸੁਸਾਈਡ ਕੀਤਾ ਹੋਇਆ ਹੈ ਔਰ ਉਹਦੇ ਫਰੈਂਡ ਹੀ ਉਹਨੂੰ ਲੱਭਦੇ ਹੋਏ। ਬੇਸਿਕਲੀ ਇਹ ਦੋਨੋਂ ਜਲੰਧਰ ਰਹਿੰਦੇ ਆ, ਅਮਨ ਨਗਰ ਹੈਗਾ ਜਿੱਥੇ ਲੜਕਾ ਰਹਿੰਦਾ, ਜੋ ਉਹਨਾਂ ਦੇ ਦੋਸਤਾਂ ਨੇ ਦੱਸਿਆ। ਕੱਲ੍ਹ ਉਹਨੇ ਇਹਨਾਂ ਦੇ ਇੱਕ ਮੋਬਾਈਲ 'ਤੇ ਮੈਸੇਜ ਕੀਤਾ ਸੀ ਵੀ ਜਿੱਥੇ ਆਪਾਂ ਪਹਿਲਾਂ ਘੁੰਮਣ ਜਾਂਦੇ ਸੀ ਉੱਥੇ ਮੈਂ ਫਾਂਸੀ ਲਗਾ ਲੈਣਾ, ਹੋਰ ਕਿਤੇ ਨਾ ਲੱਭਿਓ। ਉਹਦੇ ਫਰੈਂਡ ਨੂੰ ਉਹ ਜਦੋਂ ਮੈਸੇਜ ਉਹਨੇ ਦੇਖਿਆ, ਦੈਨ ਪਹਿਲਾਂ ਇਹ ਕੱਲ੍ਹ ਜਲੰਧਰ ਲੱਭਦੇ ਰਹੇ ਉਹਨੂੰ, ਅੱਜ ਜਦੋਂ ਉਹਨੇ ਮੈਸੇਜ ਦੇਖਿਆ ਵਟਸਐਪ 'ਤੇ, ਦੈਨ ਉਹ ਫਿਰ ਹੁਸ਼ਿਆਰਪੁਰ ਆਏ। ਫਿਰ ਉਹ ਆਪਣੇ ਇਮੀਡੀਏਟਲੀ ਸਾਡੀਆਂ ਟੀਮਸ DSP ਸਾਹਿਬ ਸਿਟੀ, ਦੀਪ ਜੀ ਅਤੇ ਸੋਮਨਾਥ ਜੀ ਪਹੁੰਚੇ ਆ ਔਰ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਫਿਰ ਸਾਡੀਆਂ ਫੋਰੈਂਸਿਕ ਟੀਮਾਂ ਔਰ ਸਾਰੇ ਆ ਕੇ ਕੀਤਾ ਹੈਗਾ। ਬੇਸਿਕਲੀ ਸੁਸਾਈਡ ਲੱਗ ਰਿਹਾ ਹੈਗਾ, ਬਾਕੀ ਫਰਦਰ ਜੋ ਇਨਵੈਸਟੀਗੇਸ਼ਨ 'ਚ ਗੱਲ ਆਏਗੀ ਸਾਹਮਣੇ ਤੁਹਾਨੂੰ ਦੱਸਾਂਗੇ। ਕੇਂਦਰ ਸਰਕਾਰ ਵੱਲੋਂ ਨਵੇਂ ਲਾਗੂ ਕੀਤੇ ਗਏ ਕਾਨੂੰਨਾਂ ਦੇ ਰੋਸ ਵਿੱਚ ਹੁਸ਼ਿਆਰਪੁਰ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਰਾਸ਼ਟਰਪਤੀ ਦੇ ਨਾਂ ਉੱਤੇ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਲਾਰੈਂਸ ਚੌਧਰੀ, ਰਾਸ਼ਟਰੀ ਪ੍ਰਧਾਨ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਨੇ ਕਿਹਾ ਕਿ ਜਦੋਂ ਦੀ ਕੇਂਦਰ ਦੇ ਵਿੱਚ
ਭਾਜਪਾ ਸਰਕਾਰ ਆਈ ਹੈ ਉਦੋਂ ਦੀ ਘੱਟ ਗਿਣਤੀਆਂ ਉੱਤੇ ਕਾਨੂੰਨ ਥੋਪੇ ਜਾ ਰਹੇ ਨੇ। ਉਹਨਾਂ ਕਿਹਾ ਕਿ ਪਹਿਲਾਂ ਕਿਸਾਨਾਂ ਉੱਤੇ ਕਾਨੂੰਨ ਥੋਪੇ ਗਏ ਅਤੇ ਹੁਣ ਨਵੇਂ ਕਾਨੂੰਨ ਸਾਰੇ ਲੋਕਾਂ ਉੱਤੇ ਥੋਪੇ ਜਾ ਰਹੇ ਨੇ, ਜਿਸ ਦਾ ਵੱਖ ਵੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਨੇ। ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਪਿੰਡ ਪਾਵਾਂ ਝਿੰਗੜਾਂ ਦੇ ਕੋਲ ਦਸੂਹਾ ਤੋਂ ਜਲੰਧਰ ਜਾ ਰਹੀ ਨਿੱਜੀ ਕੰਪਨੀ ਦੀ ਇੱਕ ਬੱਸ ਬੇਕਾਬੂ ਹੋ ਕੇ ਪਲਟ ਗਈ। ਜਾਣਕਾਰੀ ਮੁਤਾਬਕ ਇਸ ਬੱਸ ਵਿੱਚ ਤਕਰੀਬਨ 35 ਤੋਂ 40 ਸਵਾਰੀਆਂ ਸਵਾਰ ਸਨ। ਬੱਸ ਦੇ ਪਲਟਣ ਕਾਰਨ ਇਸ 'ਚ ਬੈਠੀਆਂ ਕਈ ਸਵਾਰੀਆਂ ਜ਼ਖਮੀ ਹੋ ਗਈਆਂ। ਤਕਰੀਬਨ 16 ਜ਼ਖਮੀ ਸਵਾਰੀਆਂ ਨੂੰ ਤੁਰੰਤ ਸਿਵਲ ਹਸਪਤਾਲ ਦਸੂਹਾ ਵਿਖੇ ਲਿਜਾਇਆ ਗਿਆ, ਜਿੱਥੋਂ 2 ਮਰੀਜ਼ਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ। ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਪੀੜਤਾਂ ਦਾ ਹਾਲ ਚਾਲ ਜਾਣਿਆ ਅਤੇ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਹਾਂਜੀ, ਅੱਜ ਰੱਖੜੀ ਵਾਲੇ ਦਿਨ ਇੱਕ ਬੜੀ ਮਹੱਤਵਪੂਰਨ ਘਟਨਾ ਵਾਪਰੀ ਹੈ। ਸਾਡੇ ਦਸੂਹਾ ਤੋਂ ਜਲੰਧਰ ਜਾਣ ਵਾਲੀ ਜਿਹੜੀ ਪ੍ਰਾਈਵੇਟ ਬੱਸ ਆ ਉਹ ਗਰਨਾ ਸਾਹਿਬ ਦੇ ਨਜ਼ਦੀਕ ਜਿਹੜੀ ਐਕਸੀਡੈਂਟ ਉਹਦਾ ਹੋਇਆ, ਉਹਦੇ ਵਿੱਚ ਤਕਰੀਬਨ ਜੋ ਦੱਸਿਆ ਮੁਤਾਬਕ 30 ਤੋਂ 35 ਸਵਾਰੀਆਂ ਸੀਗੀਆਂ। ਉਹਨਾਂ ਦੇ ਵਿੱਚੋਂ 16 ਬੰਦੇ ਔਰ ਲੇਡੀਜ਼ ਜੈਂਟਸ ਮਿਲਾ ਕੇ, ਬੱਚੇ ਮਿਲਾ ਕੇ 16 ਬੰਦੇ ਜਿਹੜੇ ਇੰਜਰਡ ਹੋਏ ਆ ਔਰ ਉਹਨਾਂ ਨੂੰ ਸਿਵਲ ਹਸਪਤਾਲ ਦਸੂਹਾ ਜਿੱਥੇ ਇੱਥੇ ਲਾਇਕ ਲਿਆ ਲਿਆਂਦਾ ਗਿਆ ਔਰ ਉਹਨਾਂ ਦਾ ਇਲਾਜ ਜਿਹੜਾ ਇੱਥੇ ਚੱਲ ਰਿਹਾ। 2 ਪੇਸ਼ੈਂਟ ਜਿਹੜੇ ਥੋੜ੍ਹਾ ਸੀਰੀਅਸ ਸੀਗੇ ਉਹਨਾਂ ਨੂੰ SMO ਸਾਹਿਬ ਵੱਲੋਂ ਜਿਹੜਾ ਜਲੰਧਰ ਰੈਫਰ ਕਰ ਇੱਕ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ ਔਰ ਬਾਕੀਆਂ ਦਾ ਜਿਹੜਾ ਇਲਾਜ ਹੈ ਇੱਥੇ ਚੱਲ ਰਿਹਾ ਔਰ ਜਿਹੜੀ ਚੀਜ਼ ਦੀ ਇੱਥੇ ਲੋੜ ਆ ਸਰਕਾਰੀ ਹਸਪਤਾਲ ਦੇ ਵਿੱਚ ਉਹ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹੱਈਆ ਕਰਵਾਈ ਗਈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਦਾ ਮਾਮਲਾ ਪੰਜਾਬ ਅਤੇ ਸਿੱਖ ਕੌਮ ਦਾ ਸਭ ਤੋਂ ਸੰਜੀਦਾ ਮੁੱਦਾ ਹੈ, ਜਿਨ੍ਹਾਂ ਦਾ ਇਨਸਾਫ ਲੈਣ ਲਈ ਜਿੱਥੇ ਸਿੱਖ ਕੌਮ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੀ ਹੈ ਉੱਥੇ ਇਹਨਾਂ ਨੂੰ ਰੋਕਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪੰਥਕ ਜਥੇਬੰਦੀ 8 ਪਹਿਰ ਟਹਿਲ ਸੇਵਾ ਲਹਿਰ ਵੱਲੋਂ ਗੁਰੂ ਘਰਾਂ ਵਿੱਚ ਪ੍ਰਬੰਧਾਂ ਨੂੰ ਲੈ ਕੇ ਚੌਕਸੀ ਵਰਤਣ ਬਾਬਤ ਸੰਗਤ ਨੂੰ ਜਾਗਰੂਕ ਕਰਨ ਲਈ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੂਨਾ ਦੇ ਮੌਕੇ 'ਤੇ 10,000 ਸਿਖਰ ਤਕਸੀਮ ਕੀਤੇ ਗਏ। 8 ਪਹਿਰ ਟਹਿਲ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸੰਗਤ ਸੁਚੇਤ ਹੋਵੇ ਅਤੇ ਪੰਜ ਸਿੰਘ ਸਾਹਿਬਾਨਾਂ ਦੇ ਹੁਕਮਨਾਮੇ ਦੀ ਪਾਲਣਾ ਕਰੇ, ਜਿਸ ਦੇ ਵਿੱਚ ਸਮੂਹ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕਾਂ ਨੂੰ ਗੁਰੂ ਸਾਹਿਬ ਦੇ ਪਹਿਰੇ ਹਿੱਤ 24 ਘੰਟੇ ਸੇਵਾਦਾਰਾਂ ਦੀ ਮੌਜੂਦਗੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ। ਸੰਗਤ 8 ਪਹਿਰ ਟਹਿਲ ਸੇਵਾ ਲਹਿਰ ਵੱਲੋਂ ਅੱਜ 10,000 ਸਟਿੱਕਰ ਜਿਹੜਾ ਇੱਥੇ ਵੰਡਿਆ ਜਾ ਰਿਹਾ ਬਾਬਾ ਬਕਾਲਾ ਸਾਹਿਬ ਵਿਖੇ, ਤਾਂ ਕਿ ਗੁਰੂ ਘਰ ਦੀਆਂ ਬੇਅਦਬੀਆਂ ਜਿਹੜੀਆਂ ਆਪਾਂ ਡੱਕ ਸਕੀਏ। ਤੁਸੀਂ ਦੇਖ ਸਕਦੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ 15 ਤਰੀਕ ਨੂੰ ਹੁਕਮਨਾਮਾ ਸਾਹਿਬ ਜਾਰੀ ਹੋਇਆ ਸੀ ਉਹ ਹੁਕਮਨਾਮੇ ਸਾਹਿਬ ਦੀਆਂ ਇਹ ਕਾਪੀਆਂ ਜਿਹੜੀਆਂ ਨੇ, ਇਹ ਸਾਰੇ ਜਿਹਨਾਂ ਮਹਾਂਪੁਰਖਾਂ ਨੇ ਦਸਖਤ ਕੀਤੇ ਸੀ ਉਹਨਾਂ ਦੀਆਂ ਵੀ ਤਸਵੀਰਾਂ ਨਾਲ, ਪੰਜ ਸਿੰਘ ਸਾਹਿਬਾਨ ਦੀਆਂ ਤਸਵੀਰਾਂ ਇਹ ਸਟਿੱਕਰ ਦੇ ਰੂਪ ਵਿੱਚ ਵੀ ਤਿਆਰ ਕਰਵਾਏ ਗਏ ਨੇ, ਅਤੇ ਤਾਂ ਕਿ ਸਾਰੇ ਪੰਥ ਤੱਕ ਸਾਰੇ ਗੁਰਦੁਆਰਾ ਤੱਕ ਇਹ ਸੁਨੇਹਾ ਜਿਹੜਾ ਪਹੁੰਚ ਸਕੇ। ਤੁਸੀਂ ਵੀ ਸਹਿਯੋਗ ਦਿਓ, ਜੇ ਤੁਹਾਨੂੰ ਇਹਦੀ PDF ਕਾਪੀ ਚਾਹੀਦੀ ਆ ਉਹਦੇ ਵਾਸਤੇ ਵੀ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ। ਆਹ ਨੰਬਰ ਤੁਸੀਂ ਇੱਥੇ ਦੇਖ ਸਕਦੇ ਹੋ, ਇਹ ਨੰਬਰ 99 140 70 5 77 98 550 98 848। ਸੋ ਤੁਸੀਂ ਸਾਡੇ ਨਾਲ ਸਹਿਯੋਗ ਕਰੋ, ਆਪਾਂ ਸਾਰੇ ਗੁਰੂ ਦੇ ਨਾਨਕ ਦੇ ਘਰ ਦੇ ਗੋਲੇ ਸੇਵਾਦਾਰ ਆਪਾਂ ਰਲ ਕੇ ਇਕੱਠੇ ਹੋ ਕੇ ਚੱਲਾਂਗੇ, ਤਾਂ ਇਹ ਬੇਅਦਬੀਆਂ ਡੱਕੀਆਂ ਜਾ ਸਕਦੀਆਂ। ਅੱਜ ਇਸ ਪੰਥਕ ਇਕੱਤਰਤਾ ਤੋਂ ਤੁਹਾਡੇ ਸਾਰਿਆਂ ਵਾਸਤੇ ਬੇਨਤੀ ਹੈ ਕਿ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਪਹਿਰੇ ਲਾਓ, ਤਾਂ ਕਿ ਬੇਅਦਬੀਆਂ ਆਪਾਂ ਡੱਕ ਸਕੀਏ। ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਦਾ ਵੀ ਇਹੀ ਸੁਪਨਾ ਸੀ, ਉਹ ਅਕਸਰ ਉਹਨਾਂ ਦੇ ਨਾਲ ਜਦੋਂ ਵੀ ਸਾਡੀ ਗੱਲ ਹੁੰਦੀ ਸੀ ਉਹ ਕਹਿੰਦੇ ਤੁਸੀਂ ਬਹੁਤ ਵਧੀਆ ਕਾਰਜ ਇੱਥੇ ਬੈਠਾ ਸੇਵਾਦਾਰ ਵੱਲੋਂ ਕਰਦੇ ਪਏ ਹੋ, ਅਤੇ ਤਗੜੇ ਹੋ ਕੇ ਕਰੋ। ਸੋ ਤੁਸੀਂ ਵੀ ਸਾਰੇ ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ ਹੋ, ਚਾਹੇ ਸਟਿੱਕਰ ਚਾਹੀਦੇ ਨੇ ਸਾਨੂੰ ਹੁਕਮ ਕਰੋ, ਅਸੀਂ ਤੁਹਾਡੇ ਨਗਰਾਂ 'ਚ ਪਹੁੰਚਾ ਦੇਵਾਂਗੇ, ਇਲਾਕਿਆਂ 'ਚ ਪਹੁੰਚਾ ਦੇਵਾਂਗੇ, ਪਰ ਗੁਰੂ ਘਰਾਂ ਦੇ ਵਿੱਚ ਪਹਿਰੇ ਲਾ ਕੇ ਬੇਅਦਬੀਆਂ ਡੱਕੀਆਂ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਣ ਦੇ ਨਜ਼ਰ ਮਾਰਦੇ ਮੌਸਮ ਦੇ ਹਾਲ 'ਤੇ।
ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਮ ਦੇ ਨਾਲ। ਧੰਨਵਾਦ।